दूसरे पास से बहुत सारे इस तरह के लोग भी है जिन्हें लगता है कि कुड़ी हो गई है असं स्वीकार नहीं करते, तो इन्होंने केसा के नाल भी तुम कि निपटते हैं? खास करके साडा पंजाबी कल्चर भी जेड़ा इहदे विच हाए मुंडा अजे नहीं गया हैगा हाए मुंडा फिर ये भी है कि मेरे जड़ी प्रॉपर्टी है कि मैं देनी ते अपने बेटे दी है भावें लॉ बन गया। मैंने उन्हें डस्टबिन च सुट्टिया सीगा ते डस्टबिन च जदों मैंने सुट्टिया सीगा जिहड़े कुत्ते उन्होंने मैनूं खाधा होया सीगा। ਇੱਥੇ ਜਿਹੜੀਆਂ ਬੇਟੀਆਂ ਰਹਿ ਰਹੀਆਂ ਇੱਥੇ ਕੁੜੀਆਂ ਰਹਿ ਰਹੀਆਂ ਛੋਟੇ ਬੱਚੀਆਂ ਰਹਿ ਰਹੀਆਂ ਤੇ ਫਿਰ ਕਿੱਦਾਂ ਦਾ ਮਹਿਸੂਸ ਹੁੰਦਾ ਉਹਨਾਂ ਦੇ ਨਾਲ ਰਹਿ ਕੇ? ਜਦੋਂ ਠੂਡੋ ਨੇ ਅਵਾਰਡ ਦੇਣਾ ਸੀ ਮੰਮਾ ਨੂੰ ਮਿਲਣਾ ਸੀਗਾ ਉਹੀ ਟੁੱਟੀ ਜਿਹੀ ਚੱਪਲ ਪਾ ਕੇ ਉਹੀ ਸਿੰਪਲ ਜਿਹਾ ਸੂਟ ਪਾ ਕੇ ਚੱਲੇ। ਤੁਹਾਨੂੰ ਪਤਾ ਕਿੱਦਾਂ ਲੱਗਦਾ ਤੇ ਕਿਹੜੀਆਂ ਹਾਲਾਤਾਂ ਦੇ ਵਿੱਚ ਇੱਥੇ ਬੱਚੇ ਤੁਹਾਡੇ ਕੋਲ ਪਹੁੰਚਦੇ ਆ ਤੇ ਕਿੱਥੋਂ ਕਿੱਥੋਂ ਪਹੁੰਚਦੇ ਆ? ਇਹ ਇੱਕ ਤਾਂ ਸਭ ਤੋਂ ਪਹਿਲਾਂ ਅਸੀਂ ਬੇਬੀ ਕਰੈਡਰ ਲਗਾਇਆ ਹੋਇਆ ਵਾ ਤੇ ਉਹਦੇ ਵਿੱਚ ਬੱਚੇ ਲੋਕ ਸੁੱਟ ਜਾਂਦੇ ਆ ਤਕਰੀਬਨ ਰਾਤ ਦੇ ਸਮੇਂ ਸੁੱਟਦੇ ਆ। ਥੋੜ੍ਹਾ ਸਮਾਂ ਹੋਇਆ ਕੋਈ ਮਾਰ ਕੇ ਸੁੱਟ ਗਿਆ ਡਾਕਟਰ ਕੋਲ ਲੈ ਗਈ ਤੇ 10 ਮਿੰਟ 'ਚ ਤੇ ਡਾਕਟਰ ਸਾਹਿਬ ਕਹਿਣ ਲੱਗੇ ਕਿ ਇਹਨਾਂ ਨੂੰ 3 ਘੰਟੇ ਹੋ ਗਏ ਇਹਨਾਂ ਨੂੰ ਇਸ ਬੱਚੀ ਨੂੰ ਮਾਰਿਆ। ਸਵਾਗਤ ਸਤਿ ਸ਼੍ਰੀ ਅਕਾਲ ਜੀ ਪ੍ਰਾਈਮੇਸ਼ੀਆ ਟੀਵੀ ਤੁਸੀਂ ਦੇਖ ਰਹੇ ਹੋ ਮੈਂ ਹਾਂ ਨਵਜੀਤ। ਪ੍ਰਾਈਮੇਸ਼ੀਆ ਟੀਵੀ ਦੀ ਹਮੇਸ਼ਾ ਹੀ ਕੋਸ਼ਿਸ਼ ਰਹੀ ਹੈ ਕਿ ਸਮਾਜ ਵਿੱਚ ਜੋ ਕੁਛ ਵੀ ਚੰਗਾ ਹੋ ਰਿਹਾ ਤੁਹਾਡੇ ਸਾਹਮਣੇ ਰੱਖਣ ਦਾ ਯਤਨ ਕਰੀਏ। ਅਸੀਂ ਅੱਜ ਪਹੁੰਚੇ ਹਾਂ ਜ਼ਿਲ੍ਹਾ ਜਲੰਧਰ ਦੇ ਯੂਨੀਕ ਹੋਮ ਵਿਖੇ ਜਿੱਥੇ ਸਮਾਜ ਸੇਵਾ ਨੂੰ ਲੈ ਕੇ ਇੱਕ ਵੱਖਰਾ ਹੀ ਕਾਰਜ ਕੀਤਾ ਜਾ ਰਿਹਾ ਹੈ। ਮਾਤਾ ਪ੍ਰਕਾਸ਼ ਕੌਰ ਇੱਕ ਸੁਣਿਆ ਨਾਮ ਹੈ ਜਿਹੜੇ ਬੱਚਿਆਂ ਨੂੰ ਪੜ੍ਹਾਉਂਦੇ ਹੈ ਬੱਚਿਆਂ ਨੂੰ ਅੱਗੇ ਵੱਲ ਲੈ ਕੇ ਜਾਂਦੇ ਹੈ। ਅੱਜ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਉਹ ਬੱਚੇ ਪੜ੍ਹ ਰਹੇ ਨੇ। ਵੈਸੇ ਤਾਂ ਮੈਂ ਸ਼ੁਰੂਆਤ ਵਿੱਚ ਹੀ ਕਹਿ ਦਿੰਦਾ ਕਿ ਜੇਕਰ ਇਸ ਤਰ੍ਹਾਂ ਦੇ ਬਿਰਧ ਆਸ਼ਰਮ ਇਸ ਤਰ੍ਹਾਂ ਦੇ ਅਨਾਥ ਆਸ਼ਰਮ ਨਾ ਬਣਨ ਤਾਂ ਚੰਗਾ। ਮਾਪੇ ਆਪਣੇ ਆਪਣੇ ਬੱਚਿਆਂ ਨੂੰ ਘਰਾਂ ਦੇ ਵਿੱਚ ਉਹਨਾਂ ਦਾ ਪਾਲਣ ਪੋਸ਼ਣ ਵਧੀਆ ਤਰੀਕੇ ਨਾਲ ਕਰਨ, ਆਪਣੀਆਂ ਅੱਖਾਂ ਦੇ ਮੂਹਰੇ ਕਰਨ ਤਾਂ ਚੰਗਾ। ਪਰ ਸਮਾਜ ਦਾ ਇੱਕ ਹਿੱਸਾ ਅਜੇ ਵੀ ਇਸ ਤਰ੍ਹਾਂ ਦਾ ਜਿਨ੍ਹਾਂ ਦੀ ਸੋਚ ਵੱਖਰੀ ਹੈ, ਜਿਹੜੇ ਧੀਆਂ ਨੂੰ ਸਵੀਕਾਰ ਨਹੀਂ ਕਰਦੇ, ਜਿਨ੍ਹਾਂ ਨੂੰ ਪੁੱਤਾਂ ਨਾਲ ਪਿਆਰ ਹੈ ਅਤੇ ਪੋਤੀ ਭਾਲਦੇ ਨੇ। ਕਦੀ ਕਦੀ ਹੁੰਦਾ ਇੱਦਾਂ ਕਿ ਜੇਕਰ ਘਰ 'ਚ ਧੀਆਂ ਹੋ ਜਾਂਦੀਆਂ ਨੇ ਤਾਂ ਉਹਨਾਂ ਦੇ ਵਿੱਚੋਂ ਇੱਕ ਨੂੰ ਕਦੀ ਕੂੜੇਦਾਨ ਦੇ ਵਿੱਚ ਸੁੱਟ ਦਿੱਤਾ ਜਾਂਦਾ, ਕਦੀ ਕਿਸੇ ਖੁੱਲ੍ਹੇ ਆਸਮਾਨ ਵਿੱਚ ਸੁੱਟ ਦਿੱਤਾ ਜਾਂਦਾ। ਉਹ ਬੱਚੀਆਂ ਕਦੀ ਕੁੱਤਿਆਂ ਦੇ ਮੂੰਹਾਂ ਦੇ ਵਿੱਚ ਪੈ ਕੇ ਮੌਤ ਦਾ ਸ਼ਿਕਾਰ ਹੁੰਦੀਆਂ ਨੇ, ਕਦੀ ਕਿਸੇ ਤਰ੍ਹਾਂ। ਜਦੋਂ ਇਹ ਵਰਤਾਰਾ ਵਾਪਰਦਾ ਸਮਾਜ ਵਿੱਚ ਬਹੁਤ ਦੁੱਖ ਹੁੰਦਾ। ਪਰ ਜ਼ਿਲ੍ਹਾ ਜਲੰਧਰ ਵਿੱਚ ਇੱਕ ਯੂਨੀਕ ਹੋਮ ਬਣਿਆ ਹੋਇਆ ਜਿੱਥੇ ਪਦਮ ਸ਼੍ਰੀ ਮਾਤਾ ਪ੍ਰਕਾਸ਼ ਕੌਰ ਜੀ ਇਹਨਾਂ ਬੱਚੀਆਂ ਦੀ ਸੰਭਾਲ ਕਰਦੇ ਨੇ। ਮੈਂ ਤਾਂ ਇਹੀ ਕਹੂੰਗਾ ਕਿ ਹਜ਼ਾਰਾਂ ਬੱਚੀਆਂ ਦੀ ਇੱਕ ਮਾਂ ਹੈ ਮਾਂ ਪ੍ਰਕਾਸ਼ ਕੌਰ। ਉਹਨਾਂ ਨਾਲ ਅੱਜ ਗੱਲਬਾਤ ਕਰਾਂਗੇ ਇੱਥੇ ਕਿਸ ਹਿਸਾਬ ਦੇ ਨਾਲ ਕੰਮ ਹੁੰਦਾ। ਉਸ ਤੋਂ ਬਾਅਦ ਬੱਚੇ ਛੋਟੀ ਉਮਰ ਦੇ ਵਿੱਚ ਜਿਹਨਾਂ ਨੂੰ ਪਤਾ ਨਹੀਂ ਹੁੰਦਾ ਸਾਡੇ ਮਾਂ ਬਾਪ ਕੌਣ ਨੇ, ਉਹਨਾਂ ਦਾ ਪਾਲਣ ਪੋਸ਼ਣ ਕੀਤਾ ਜਾਂਦਾ, 10ਵੀਂ ਤੱਕ ਪੜ੍ਹਾਈ ਕਰਵਾਈ ਜਾਂਦੀ ਹੈ। ਉਸ ਤੋਂ ਬਾਅਦ ਜੇਕਰ ਬੱਚੇ ਵਧੀਆ ਤਰੀਕੇ ਨਾਲ ਜਾਂ ਚਾਹੁੰਦੇ ਜਿੱਥੇ ਪੜ੍ਹਨਾ ਤਾਂ ਉੱਥੇ ਉਹਨਾਂ ਨੂੰ ਪੜ੍ਹਾਇਆ ਜਾਂਦਾ। ਮਸੂਰੀ ਵਿੱਚ ਵੀ ਬੱਚੇ ਪੜ੍ਹਦੇ ਨੇ, ਵਿਦੇਸ਼ ਵਿੱਚ ਵੀ ਬੱਚੇ ਪੜ੍ਹਦੇ ਨੇ। ਅੱਜ ਇੱਕ ਵੱਖਰੀ ਸ਼ਖਸੀਅਤ ਇੱਥੇ ਪੜ੍ਹ ਕੇ ਗਈ ਹੈ, ਬੱਚੀ UK 'ਚ ਅਤੇ ਕੈਨੇਡਾ ਵਿੱਚ ਜੋਬ ਕਰ ਰਹੀ ਹੈ, ਕੁਛ ਦਿਨ ਪਹਿਲਾਂ ਉਹਨੂੰ PR ਮਿਲੀ ਹੈ, ਉੱਥੇ ਇੱਕ ਬੈਂਕ ਵਿੱਚ ਜੋਬ ਕਰ ਰਹੇ ਨੇ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਸੋ ਪ੍ਰੋਗਰਾਮ ਅੱਜ ਦਾ ਇਹ ਖਾਸ ਹੈ, ਇਸ ਪ੍ਰੋਗਰਾਮ ਨੂੰ ਜ਼ਰੂਰ ਦੇਖਿਓ ਅਤੇ ਹੋ ਸਕੇ ਤਾਂ ਇੱਕ ਵਾਰ ਇਸ ਸਥਾਨ 'ਤੇ ਚੱਕਰ ਜ਼ਰੂਰ ਲਗਾ ਕੇ ਜਾਇਓ ਤਾਂ ਕਿ ਤੁਹਾਨੂੰ ਵੀ ਪਤਾ ਲੱਗ ਸਕੇ ਕਿ ਯੂਨੀਕ ਹੋਮ ਕਿਸ ਤਰ੍ਹਾਂ ਕੰਮ ਕਰਦਾ। ਇਹ ਸਾਰੀਆਂ ਗੱਲਾਂ ਅਸੀਂ ਮਾਤਾ ਪ੍ਰਕਾਸ਼ ਕੌਰ ਹੋਰਾਂ ਨਾਲ ਕਰਾਂਗੇ ਜਿਨ੍ਹਾਂ ਦੀਆਂ ਹਜ਼ਾਰਾਂ ਧੀਆਂ ਇੱਥੇ ਨੇ, ਇੱਥੋਂ ਪੜ੍ਹ ਕੇ ਅੱਗੇ ਵੱਲ ਗਈਆਂ ਨੇ। ਬਹੁਤ ਸਾਰੀਆਂ ਧੀਆਂ ਇਸ ਤਰ੍ਹਾਂ ਦੀਆਂ ਜਿਹੜੀਆਂ ਅੱਜ ਆਪਣਾ ਗ੍ਰਹਿਸਥੀ ਜੀਵਨ ਵੀ ਬਤੀਤ ਕਰ ਰਹੀਆਂ ਨੇ, ਪਰਿਵਾਰ ਹੈ ਉਹਨਾਂ ਦਾ ਆਪਣਾ, ਪਰ ਇਸ ਮਾਪਿਆਂ ਦੇ ਘਰ ਦਾ ਉਹਨਾਂ ਨੇ ਮੋਹ ਨਹੀਂ ਛੱਡਿਆ, ਉਹ ਅੱਜ ਵੀ ਆਉਂਦੀਆਂ ਨੇ। ਸੋ ਆਓ ਗੱਲਬਾਤ ਕਰਦੇ ਹਾਂ ਮਾਤਾ ਪ੍ਰਕਾਸ਼ ਕੌਰ ਹੋਰਾਂ ਨਾਲ ਅਤੇ ਸ਼ੀਬਾ ਸਿੰਘ ਦੇ ਨਾਲ। ਮਾਤਾ ਪ੍ਰਕਾਸ਼ ਕੌਰ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮਾਤਾ ਜੀ ਬਹੁਤ ਚੰਗਾ ਲੱਗਦਾ ਜਦੋਂ ਵੀ ਇੱਥੇ ਆਏ ਹਾਂ, ਰੂਹ ਖੁਸ਼ ਹੁੰਦੀ ਹੈ। ਸਫਾਈ ਪੱਖੋਂ ਕਹਿ ਲਈਏ, ਬੱਚਿਆਂ ਪੱਖੋਂ ਕਹਿ ਲਈਏ, ਹਰ ਇੱਕ ਪੱਖੋਂ ਕਹਿ ਲਈਏ ਤਾਂ ਆਪਣਾਪਨ ਜਿਹਾ ਮਹਿਸੂਸ ਹੁੰਦਾ। ਯੂਨੀਕ ਹੋਮ ਦੀ ਸ਼ੁਰੂਆਤ ਕਿਵੇਂ ਹੋਈ, ਕਦੋਂ ਹੋਈ? ਯੂਨੀਕ ਹੋਮ ਦੀ ਸ਼ੁਰੂਆਤ ਸ਼ੁਰੂ ਤੋਂ ਹੀ ਮਨ ਵਿੱਚ ਇਹ ਚੰਗਾ ਲੱਗਦਾ ਸੀ ਕਿ ਇਹ ਬੱਚੀਆਂ ਜਿਹੜੀਆਂ ਇਸ ਤਰ੍ਹਾਂ ਬਿਨਾਂ ਮਾਂ ਬਾਪ ਤੋਂ ਨੇ ਜਾਂ ਸੁਸਾਇਟੀ ਨੇ ਦੁਰਕਾਰ ਦਿੱਤੀਆਂ ਜਾਂਦੀਆਂ ਨੇ, ਉਹਨਾਂ ਨੂੰ ਸਿੱਟ ਦਿੱਤਾ ਜਾਂਦਾ ਆਪਣੇ ਹੀ ਹਾਲ 'ਤੇ, ਅਤੇ ਉਹਨਾਂ ਬੱਚੀਆਂ ਦੀ ਸੇਵਾ ਸੰਭਾਲ ਉਹਨਾਂ ਨੂੰ ਦੇਖਣਾ ਚੱਖਣਾ ਇਹ ਸ਼ੁਰੂ 'ਚੋਂ ਹੀ ਮਨ ਵਿੱਚ ਸੀ। ਅਤੇ ਸੋ ਕਾਫੀ ਸਾਲਾਂ ਤੋਂ ਗੁਰੂ ਸਾਹਿਬ ਜੀ ਸੇਵਾ ਲੈ ਰਹੇ ਹੈ। ਮਾਤਾ ਜੀ ਇਹ ਸੇਵਾ ਬਹੁਤ ਘੱਟ ਲੋਕਾਂ ਨੂੰ ਮਿਲਦੀ ਹੈ, ਜਦੋਂ ਵੀ ਅੰਦਰ ਆਉਂਦੇ ਆ ਸਧਾਰਨ ਜਿਹੇ ਕੱਪੜਿਆਂ ਦੇ ਵਿੱਚ, ਚੱਪਲਾਂ ਦੇ ਵਿੱਚ, ਜਦੋਂ ਵੀ ਧਿਆਨ ਜਾਂਦਾ
पता लग जाता दुरे माता प्रकाश कौर जी जाते पे पता उन्होंने बूटियां देखते देखते दे, बच्चियां देखते देखते दे, किवें इन्हों दोनों चीज़ों का पालन पोषण किया। जदों ये छोटिया बच्चिया होंगे थोड़े तक पहुँचदियाँ अपड़दियाँ तुहानू पता किदां लगता तो कि हालातों के इतने बच्चे थोड़े को पहुँचते हैं तो कितों कितों पहुँचते हैं? ए, एक तो सब तो पहले असी बेबी क्रैडल लगाया होया वै ते उदे विच बच्चे लोग सुट जाते हैं तकरीबन रात के समय सुटते हैं सो कोई पता नहीं बच्चा किदा है बच्चा कौन है ये बच्चे परमात्मा के बच्चे है इस तरह बच्चों नू सुट जाते हैं। दूसरा यह है कि जां किते ना किते पुलिस नू कितों बच्चा गारबेज चो मिलिया किते मडी वाटर चो मिलिया कितों मिलिया वै थ्रू पुलिस भी बच्चे इत्थे आउंदे है जी बट सो जिहड़े जिस तरह जिहड़े भी हालातां च आउंदे आ बच्चों की जी उस वे कंडीशन बड़ी माड़ी होंगी है सो इस तरह करके बच्चे इतने आते हैं जी। अच्छा माता जी एक चीज़ होर दस्सो कि बच्चों की पढ़ाई का पूरा प्रबंध है मैं देखिए देशों विदेशों इतने स्कूलों में इतों तक कि अज साधारण बच्चा दसवीं बारहवीं करके बैठ जाता पर इतने बच्चियां देखिए कोई एम ए कर रही हैं कोई पी एच डी कर रही हैं कोई विदेश से पढ़ गई ने इन्हों के खर्चे का प्रबंध फिर कि तुम अपने वालों चुकते हो जहाँ एक ट्रस्ट है कोई किस तरह काम किया जाता इतने? इत्थे ट्रस्ट है जी पर ये सारी सेवा जिहड़ी है संगत करदी है संगत दी सेवा नाल संगत दी सेवा नाल चलदा जी आल ओवर इंडिया चो चलदा है हाँ जी संगत दी सेवा नाल चलदा है जी ते बाकी ये परमात्मा दे बच्चे है ते ये ते गुरु साहिब आप ही सिर ते मेहर भरे हाथ रखदे है जी। माता प्रकाश कौर जी अज कुछ इदां दे शख्सियत ने जिहड़े दुनिया ते वखरे चलदे पए आ जिन्हां दी सोच वखरी है जिन्हां दे नाल बहुत शायद घट लोक ही चलदे हुण क्योंकि माता जी काम सौखा नहीं बच्चों की संभाल का काम शुरू तो होना व्डे होने तक कभी समस्यावें बहुत आईया होनी बहुत औकड़ा आईया होनी कि समस्यावान थानू आ जाए हूँ भी आ जाए ने समस्यावान समस्यावान का नाम ही तो जिंदगी है यही तो जीवन है बिल्कुल सही गल आही जीवन है जी। सो आदियां ने समस्यावान तो आप ही परमात्मा गुरु साहब आप ही सोल्व भी कर देंगे बट फिर भी एनी वे ठीक ही ठीक है। ਅੱਜ ਬੱਚੀਆਂ ਵਿਦੇਸ਼ 'ਚ ਪੜ੍ਹਦੀਆਂ ਅੱਜ ਬੱਚੀਆਂ ਸਕੂਲਾਂ ਕਾਲਜਾਂ 'ਚ ਪੜ੍ਹਦੀਆਂ ਕਿੱਦਾਂ ਦਾ ਮਹਿਸੂਸ ਹੁੰਦਾ? ਬਹੁਤ ਚੰਗਾ ਕਿਉਂਕਿ ਜਿਹੜੀ ਐਜੂਕੇਸ਼ਨ ਹੈ ਇਹਨਾਂ ਬੱਚਿਆਂ ਦੀ ਲਾਈਫ ਇਹਨਾਂ ਦਾ ਜੀਵਨ ਇਹਦਾ ਫਿਊਚਰ ਹੀ ਇਹਨਾਂ ਦਾ ਐਜੂਕੇਸ਼ਨ ਹੈ ਕਿਉਂਕਿ ਕਿਤੇ ਪੇਰੈਂਟਸ ਨੇ ਇਹਨਾਂ ਨੂੰ ਇਹਦੇ ਹਾਲ 'ਤੇ ਛੱਡ ਦਿੱਤਾ ਸੁੱਟ ਦਿੱਤਾ ਪਰ ਉਹ ਇੱਕ ਜਿਹੜੀ ਐਜੂਕੇਸ਼ਨ ਹੈ ਇਹਨਾਂ ਦਾ ਜੀਵਨ ਹੀ ਐਜੂਕੇਸ਼ਨ ਹੈ ਜੀ ਸੋ ਸਾਡਾ ਟਰੱਸਟ ਜਿਹੜਾ ਉਹ ਪੂਰਾ ਇਹਨਾਂ ਬੱਚਿਆਂ ਦੇ पढ़ाई दे उत्ते फोकस करदा जी पूरा ध्यान देंदा जी सो बच्चा जेड़ा भी जेड़े लैवल च जेड़े भी स्कूल दा टेस्ट क्लियर करे बच्चे उत्ते उनू भेजिया जांदा पढ़ना। समाज दा एक हिस्सा इदां दा जो बिल्कुल बच्चियां नू नकार दिंदा है खास करके धीआं हुण उहनां नकार दिंदा पर उहनां नू पता नहीं कि अज इत्थे इक धी है जो मां दे रूप दे विच काम कर रही है इत्थे उह धीआं आ जो इसे मां तों पढ़ के पालन पोषण करके अगे वल जा रहियां ने तुसीं उहनां लोकां बारे की कहना चाहुंदे आ संदेश की है तो हड़ा उन्होंने लोगों के लिए? मैं सोसाइटी नू ये मैसेज देना चाहनी हाँ सब तो पहले तो मैं ये कहना चाहनी हाँ कि परमात्मा सानू समत बख्शिश करे कि असी अपने बच्चे बॉर्न करके आप उन्होंने लुक आफ्टर करिए। दूसरा मैं चाहनी हाँ कि बेबी क्रैडल बिल्कुल ना बन जी बिरधाश्रम बिल्कुल ना बन रब सानू समत बख्शिश करे असी आप अपने पुरखियों की सेवा करिए ते अपने बच्चों का भी आप उन्हों का पालन पोषण करिए। पर मैं नाल ये भी कहना चाहनी हाँ कि मान लो जे किते कोई एडी प्रॉब्लम कोई आ ही गई है कोई विपता ही आ पई है कोई ज़्यादा बच्चियाँ हो गई ने कोई मैरिज टुट गई है कोई पावर्टी कॉज है तो ये तो नहीं ना सानू किसी ने राइट दिता कि उन्होंने बच्चियों कुत्तियां बिल्लियां दे अगे सुट देवो आ पिछे जेकर किल्लियां वाली चो बच्ची मिली तो उहदा अद्धा बिल्कुल सिरी सारा खा चुके सी नीचे धाड़ी सी कुत्ते खा गए सी तो ये तो राइट नहीं ना सानू परमात्मा ने दिता कि जे कोई प्रॉब्लम आ गई है तो इन्होंने बच्चियों ने चुक के कुत्तियां बिल्लियां नालियां दे अगे सुट दो। सो मैं सोसाइटी में यही मैसेज देना चाहनी हाँ कि भाई अपनी सोच नू बदलिए इस वेले लोड़ है सानू अपनी सोच नू बदलन दी सोच नू बदलन दी लोड़ है तो इन बच्चियों की इन्नी असी दुर्दशा ना करिए। इहदे विच गवर्नमेंट बहुत कुछ कर रही है और बहुत सोहना कर रही है पर अजे बहुत कुछ होर करन वाला वै बहुत ज़्यादा कुछ होर करन वाला वै जिवें साडे जीवन दे विचों साडियां मोरल वैल्यूज ही उड गई ने साडा एजुकेशन बोर्ड नू स्पैशली ये इन्ना जरूरी मैसेज है कि वह इस तरह के मोरल वैल्यूज के सबजैक्ट लाउण कि शुरू ही बच्चों
पता हो कि एक जरा डिसिपलिन लाइफ की है कि साढ़े जे जीवन की जी सा जीवन है वह डिसिपलिन हो के असी लीड करिए कि ना कि फिर असी ये गलती करी करिए तो इन्होंने बच्चों ये भुगतना पवे। सो इस तरह करके मैं सुसायटी यही मैसेज देना चाहनी हाँ कि जो बच्चिया मेरे को आदियां ने हूँ थोड़ा समा होया कोई मार के सुट गया डॉक्टर को लै गई तो 10 मिनट च तो डॉक्टर साहब कह लगे कि इन्होंने तो 3 घंटे हो गए इन्हों इस बच्ची मारिया। सो ये सानू राइट कह दिता वै। सो मैं उन्हें अगे बेनती ये हाथ जोड़ के करना चाहनी हाँ भी जे कोई तुहानू किते कोई ऐसी बिपता आ गई है तो भाई कन्हैया जी चैरिटेबल ट्रस्ट यूनीक होम 24 घंटे इन्हों बच्चिया की सेवा च हाजिर है। प्लीज़ इन्हों मारो ना, इन्हों कुत्तियां बिल्लियां दे अगे ना सुट्टो, इन्हों इस तरह ना मारो। आप एड्डी प्यारी बच्ची है शीबा, इन्हू भी इंजी जो रख गए थे किस तरह गार बिचो चुकी सी ते बड़ा फर्क पिया वा पर बिहाइंड कर्टन ते उसे तरह ही है। मेरे को कल अजे एक बच्ची आ गई है, मदर ने उस बच्ची कितों लिया और साड़ साड़ के सारा शरीर ही साड़ दिता। आ कल आई है बच्ची अजे मेरे को फलोर तो। हाँ जी हाँ जी, तो असं बच्चिया की क्यों ही हशर इंज करते हैं। सो भाई कन्हैया जी चैरिटेबल ट्रस्ट ये ना भुलन, इतने बकायदा बच्चिया गवर्नमेंट दियाँ जड़िया इंडिया गवर्नमेंट के रूल्स एंड रेगुलेशन ने वो अकॉर्डिंग बिल्कुल सिस्टम के नाल इतने बच्चिया रखा जाता, बच्चिया पालिया जाता, बच्चिया उन्होंने जो रूल्स ने वो अकॉर्डिंग असं बच्चिया रखते हैं। ये मारन ना बच्चिया लोग, तो ये बच्चिया इतने यूनीक होम। एक नंबर मेरा नोट कर लैन 9872120664 9872120664 98721 2064 कॉल कर देन, असी बड़ी बच्ची रिस्पैक्टफुली लैके आवेंगे तो उन्होंने प्लीज़ वो बच्चिया मारन। बस मेरी यही बेनती है इन्होंने लोगों अगे। नहीं बिल्कुल माता जी, अज चाहिए तो यही एक होर चीज़ दस्यो कि स्मार्ट सिटी के नाम जलंधर जाने जाता है पर अजे तक भी बहुत सारिया थावं इस तरह दी हैं कि जलंधर के भी इस तरह के केस सामने आते हैं जी, तो ये पिछे तुम कारण की लगता है? बहुत सारे लोग इस तरह के है जो शरीरक संबंध पहला बना लेंगे होंगे अनवॉन्टड बेबी हो जाता है, दूसरे पास बहुत सारे इस तरह के लोग भी है जिन्होंने लगता है कि कुड़ी हो गई है असं स्वीकार नहीं करते, तो इन्होंने केसा के नाल भी तुम कि निपटते हैं? कभी पहुँच कर कोशिश भी की है या फिर रब के घर एक बार आ गए अपने बच्चों शुरू तो ही एजुकेशन दईए, मोरल वैल्यूज दईए कि असीं किहड़ी संस्कृति दे मालक आ, साडे पुरखियां ने गुरु पीरां ने सानू की समझाया, एक डिसिप्लिनड लाइफ दसी, डिसिप्लिनड लाइफ ते मोरल वैल्यूज दा ते असीं अपने एजुकेशन बोर्ड ते बहुत घट ध्यान है। अच्छा, कदी वादे उससे पहुंच नहीं कीती जां उन्हां तक गल पहुंची कदी जां उन्होंने अगे सुनी नहीं जां उन्होंने कदी सोचा नहीं कि इधर जाना चाहिए? एजुकेशन डिपार्टमेंट तक ये गल जेकर पहुंचती है तो वाकई सही गल है। मैं तो हर एक जदों ही मैं कि बोलती हाँ तो मैं उन्होंने अगे बेनती करती हाँ कि जिहड़ा एजुकेशन सिस्टम है साडा कि उन्होंने जिहड़े डायरेक्टर ने वड्डे ने प्लीज़ प्लीज़ मोरल वैल्यूज के उत्ते बहुत जबरदस्त लावो एक सबजैक्ट के जेडे साडे बच्चियां दे माइंड दी बनतर इंज दी बने। असी बड़े खुश हुंदे आ कि बच्चा बड़े अच्छे मार्क्स लैके आया वा, इंजीनियर बन गया, डॉक्टर बन गया, बड़ी वधिया गल है, बड़ी सुंदर गल है, पर इहदे नालों वधिया बनना एक चंगा इंसान, एक चंगा उहदे जीवन दी घाड़त घड़ी जावे तो एजुकेशन बोर्ड इहदे विच बहुत कुछ कर सकदा और सानू दूजिया लोगों तो भी सीखना चाहिए जिवें ये एजुकेशन मोरल वैल्यूज की एजुकेशन जिहड़ी है ये तो इन्ना बोलिया जाता लिखा जाता बाहर के देशों में तो ये बहुत वधिया गल है। इन्हों ध्यान देना चाहिए पूरा अपने स्कूलों कॉलेज यूनिवर्सिटिया कि बच्चे इन्ना डिसिप्लिन लाइफ तो इधर उधर भटकन ना बच्चे बच्चे भटक जाते हैं। समाज में एक खुदकुशियां का रुझान वधदा जा रहा है, सारे लोग उधर जे सोच रखे तो घट सकता, घट सकता क्यों नहीं घटेगा, घटेगा जरूर घटेगा कि जो असी शुरू तो ही बच्चे के ब्रेन में गल् पा देनिया ने चंगियां गल्लां पाउणियां ने, उहनूं हर मोरल वैल्यूज़ दा उहनूं अर्थ समझाउणा है बच्चे नूं, उह अडोप्ट करेगा अपनी लाइफ च और बड़ा वो वधिया बड़ा नेक इंसान वो बनेगा। सो एजुकेशन बोर्ड नूं इहदे विच बहुत कुछ
करना चाहिए। बाकी साडा जिहड़ा पुलिस डिपार्टमेंट है वह तो अजकल जो बच्चा उन्होंने मिलता कि पूरी तनदेही काम करते हैं। मैं वेखदी है ना वह रियली स्पीकिंग वो नाल लेडी पुलिस भेजेंगे वह सारा सोहना काम करेंगे, पर बहुत कुछ अजे भी करने बाकी है, बहुत कुछ करना। अच्छा, दो तीन चीजें जिहड़ियां खास तौर लगदियां अज होनियां चाहीदियां, बहुत जरूरी होनियां चाहीदियां, की है वो भी दस्सो सानू। मैं फिर उसे गल ते आ भी जिहड़ा साडा सिस्टम है साडी सोसाइटी दा बदलन दी इहदी आप साडे सोच नू बदलन दी लोड़ है। हाए पर साडा जिहड़ा खास करके साडा पंजाबी कल्चर भी जिहड़ा इहदे विच हाए मुंडा अजे नहीं गिया हैगा, हाए मुंडा हाए मुंडा हाए मुंडा। खास करके फिर ये भी है कि मेरे जड़ी प्रॉपर्टी है कि मैं देनी ते अपने बेटे नहीं है, भावें लॉ बन गया फिर भी बेटी दे हाथ जोड़ देंगे पुत दे दे भरा नूं हुण तू वापस कर दे। ये सारियां चीज़ां ते काम करन दी हाँ एक इन्हां ते बहुत काम करन दी लोड़ है। नाले बच्चियां केड़ी अज केड़ी गलों अजकल पिछे ने ते की नहीं कर सकदियां। मेन ये है कि जदों साडे बच्चे जदों भी पढ़न जांदे आ ਉਹਨਾਂ ਨੂੰ ਜੇ ਦੋ ਦੂਣੀ ਚਾਰ ਟੂ ਟੂ ਦਾ ਫੋਰ ਰਟਾ ਦਿੱਤਾ ਜਾਂਦਾ ਉਹਨਾਂ ਦੇ ਇੱਥੇ ਜ਼ਹਿਨ 'ਚ ਉਹ ਲੱਗ ਜਾਂਦਾ, ਉਹ ਘਰ ਆ ਕੇ ਵੀ ਬੋਲਣਗੇ ਟੂ ਟੂ ਦਾ ਫੋਰ ਅਤੇ ਦੋ ਦੂਣੀ ਚਾਰ। ਜੇ ਅਸੀਂ ਮੋਰਲ ਵੈਲਿਊਜ਼ ਦੇ ਪਾਠ ਸਬਕ ਇਹਨਾਂ ਨੂੰ ਪੜ੍ਹਾਏ ਜਾਣਗੇ ਤਾਂ ਕਿਉਂ ਨਾ ਬੱਚਾ ਉਸ ਤਰ੍ਹਾਂ ਦੀ ਸਾਂਚੇ 'ਚੋਂ ਟਲੇਗਾ ਅਤੇ ਉਹਦੀ ਡਿਸਪਲਿਨ ਲਾਈਫ ਹੋਏਗੀ। ਅਤੇ ਬਾਕੀ ਜਿਹੜੇ ਸਾਡੇ ਪੁਰਖੇ ਨੇ ਉਹ ਤਾਂ ਵਾਹਿਗੁਰੂ ਰਾਖਾ ਹੀ ਉਹਨਾਂ ਨੇ ਤਾਂ ਅਜੇ ਵੀ ਕਹਿਣਾ ਹਾਏ ਮੁੰਡਾ। ਸਿਆਣੇ ਬਣਨਾ ਚਾਹੀਦਾ, ਸਾਡੀਆਂ ਬੱਚੀਆਂ ਵੀ ਅੱਜ ਕੱਲ ਜਿਵੇਂ ਕਹਿੰਦੀਆਂ ਨੇ ਵੀ ਸਾਨੂੰ ਅਸੀਂ ਬਹੁਤ ਆਜ਼ਾਦ ਹੋਣਾ ਚਾਹੁੰਦੀਆਂ ਵਾ, ਹੋਣਾ ਚਾਹੀਦਾ, ਬਿਲਕੁਲ ਹੋਣਾ ਚਾਹੀਦਾ, ਮੈਂ ਇਸ ਗੱਲ ਚ ਨੀ ਹੋਣਾ ਚਾਹੀਦਾ ਵੀ ਇੰਡੀਪੈਂਡੈਂਟ ਲਾਈਫ ਲੀਡ ਕਰਨੀ ਚਾਹੀਦੀ ਹੈ, ਪਰ ਆਪਣੇ ਪੁਰਖਿਆਂ ਤੋਂ ਕਦੀ ਅਸੀਂ ਸਬਕ ਸਿੱਖੀਏ ਕਿ ਅੱਜ ਤੋਂ ਕਿੰਨੇ ਸੌ ਸਾਲ ਪਹਿਲੋਂ ਮਾਤਾ ਪਾਕ ਕੌਰ ਜੀ ਨੇ ਬੜੀ ਇੰਡੀਪੈਂਡੈਂਟ ਲਾਈਫ ਲੀਡ ਕੀਤੀ, ਬੜੀ ਵਧੀਆ ਲਾਈਫ ਲੀਡ ਕੀਤੀ। ਉਹਨਾਂ ਦਿਨਾਂ 'ਚ ਕੋਈ ਆਪਣਾ ਹੱਥ ਨੰਗਾ ਨਹੀਂ ਸੀ ਕਰ ਸਕਦਾ, ਪਰਦੇ 'ਚ ਲੇਡੀਜ਼ ਰਹਿੰਦੀਆਂ ਸੀ, ਸੰਸਕਾਰਾਂ ਦਾ ਹੋਣਾ ਜ਼ਰੂਰੀ ਹੈ ਨਾ। ਹਾਂ, ਤੇ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਕਿਹਾ ਕਿ ਮਾਤਾ ਜੀ ਤੁਸੀਂ ਘੋੜ ਸਵਾਰੀ ਵੀ ਸਿੱਖੋ, ਤੁਸੀਂ ਤੀਰ ਅੰਦਾਜ਼ੀ ਵੀ ਸਿੱਖੋ, ਤੁਸੀਂ ਫੌਜ ਦੇ ਮੁਖੀ ਬਣਨਾ ਤੇ ਜੰਗ ਤੇ ਯੁੱਧ ਵੀ ਕਰਨਾ, ਤੁਸੀਂ ਯੁੱਧ ਵਿਦਿਆ ਵੀ ਉਹਨਾਂ ਨੂੰ ਸੁਣਾਈ। ਅਸੀਂ ਮਾਡਰਨ ਬਣੀਏ ਤੇ ਇਸ ਤਰ੍ਹਾਂ ਦਾ ਮਾਡਰਨ ਬਣੀਏ, ਝਾਂਸੀ ਦੀ ਰਾਣੀ ਦੀ ਤਰ੍ਹਾਂ ਮਾਡਰਨ ਬਣੀਏ, ਮਾਤਾ ਭਾਗ ਕੌਰ ਜੀ ਦੀ ਤਰ੍ਹਾਂ ਅਸੀਂ ਮਾਡਰਨ ਬਣੀਏ। ਬਿਲਕੁਲ, ਇਹ ਇਹ ਤਰ੍ਹਾਂ ਅਸੀਂ ਸਾਡੀ ਇਹ ਸੋਚ ਜਿਹੜੀ ਇੰਨੀ ਪੋਜ਼ਿਟਿਵ ਹੋਣੀ ਚਾਹੀਦੀ ਹੈ। ਬਾਕੀ ਮਾਤਾ ਤੁਹਾਡੇ ਕੋਲ ਆ ਕੇ ਸੋਚ ਪੋਜ਼ਿਟਿਵ ਹੋ ਜਾਂਦੀ ਹੈ, ਤੁਸੀਂ ਗੱਲਬਾਤ ਕੀਤੀ, ਸਮਾਂ ਕੱਢਿਆ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਵੀਰ ਜੀ, ਧੰਨਵਾਦ ਜੀ। ਸੋ ਇਹ ਸਨ ਮਾਤਾ ਪ੍ਰਕਾਸ਼ ਕੌਰ ਜੀ, ਜਿਨ੍ਹਾਂ ਗੱਲਾਂ ਬਾਤਾਂ ਕੀਤੀਆਂ ਅਤੇ ਮੋਰਲ ਵੈਲਿਊ 'ਤੇ ਧਿਆਨ ਦੇਣ ਦੀ ਗੱਲ ਕਹੀ ਹੈ। ਜ਼ਰੂਰੀ ਅੱਜ ਦੇ ਸਮੇਂ ਦੇ ਵਿੱਚ ਇਹੀ ਹੈ, ਜੇਕਰ ਸਾਡੇ ਕੋਲ ਸਾਡੀ ਨੀਂਹ ਮਜ਼ਬੂਤ ਹੋਏਗੀ ਤਾਂ ਉੱਪਰ ਜਿੰਨੇ ਮਰਜ਼ੀ ਮਹਿਲ ਉੱਚਾ ਖੜਾ ਕਰ ਲਓ ਅਤੇ ਹੋਰ ਵਧੀਆ ਹੋਈ ਜਾਣਾ। ਮਾਤਾ ਪ੍ਰਕਾਸ਼ ਕੌਰ ਜੀ ਉਹਨਾਂ ਨਾਲ ਗੱਲਾਂ ਕਰਕੇ ਵਧੀਆ ਲੱਗਾ ਤਾਂ ਇਹਨਾਂ ਨੇ ਇੱਕ ਖਾਸ ਜ਼ਿਕਰ ਕੀਤਾ ਸੀ ਇੱਕ ਲੜਕੀ ਦਾ, ਸ਼ੀਬਾ ਦਾ, ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਪਹਿਲਾਂ ਇੱਕ ਵਾਰ ਇੱਥੇ ਜੋ ਮਾਹੌਲ ਹੈ ਤੁਸੀਂ ਉਹ ਦੇਖੋ ਜ਼ਰੂਰ ਕਿ ਯੂਨੀਕ ਹੋਮ ਨੂੰ ਕਿੰਨੇ ਵਧੀਆ ਤਰੀਕੇ ਨਾਲ ਬਣਾਇਆ ਹੋਇਆ। ਆਓ ਇੱਕ ਝਾਤ ਉੱਧਰ ਮਾਰਦੇ ਹਾਂ। ਸੋ ਜਦੋਂ ਯੂਨੀਕ ਹੋਮ ਦੀ ਗੱਲ ਆਉਂਦੀ ਆ ਤਾਂ ਮੈਂ ਇੱਥੇ ਜਿੰਨੇ ਵੀ ਸਾਡੇ ਦੇਖਣ ਵਾਲੇ ਦਰਸ਼ਕ ਨੇ ਜਾਂ ਸਰੋਤੇ ਨੇ ਇਹਨਾਂ ਨੂੰ ਇੱਕ ਬੇਨਤੀ ਜ਼ਰੂਰ ਹੈ ਕਿ ਕਦੀ ਨਾ ਕਦੀ ਅਸੀਂ ਬਹੁਤ ਸਾਰੇ ਧਾਰਮਿਕ ਥਾਵਾਂ 'ਤੇ ਜਾਂਦੇ ਹਾਂ, ਹਰ ਇੱਕ ਦੀ ਆਪਣੀ ਆਸਥਾ। ਮੈਂ ਕਦੀ ਕਿਸੇ ਨੂੰ ਨਹੀਂ ਕਹਿੰਦਾ ਕਿ ਇਸ ਸਥਾਨ 'ਤੇ ਨਾ ਜਾਓ ਜਾਂ ਇਸ ਸਥਾਨ 'ਤੇ ਜਾਓ, ਪਰ ਨਾਲ ਦੀ ਨਾਲ ਇਸ ਤਰ੍ਹਾਂ ਦੀਆਂ ਥਾਵਾਂ 'ਤੇ ਵੀ ਜ਼ਰੂਰ ਆਇਓ ਤਾਂ ਕਿ ਤੁਹਾਨੂੰ ਦੇਖਣ ਨੂੰ ਮਿਲੇ, ਸਿੱਖਣ ਨੂੰ ਮਿਲੇ, ਸਮਝਣ ਨੂੰ ਮਿਲੇ ਕਿ ਪਰਿਵਾਰ ਕਿਸ ਤਰ੍ਹਾਂ ਦਾ ਹੁੰਦਾ। ਇਹ ਉਹ ਪਰਿਵਾਰ ਹੈ ਜਿਨ੍ਹਾਂ ਦਾ ਸਿਰਫ ਇੱਕ ਹੀ ਪਰਿਵਾਰ ਹੈ, ਇੱਥੇ ਇਹੀ ਬੱਚੇ ਇੱਕ ਦੂਜੇ ਦੇ ਰਿਸ਼ਤੇਦਾਰ ਨੇ। ਜਦੋਂ ਇਹ ਬੱਚੀਆਂ ਵੱਡੀਆਂ ਹੋ ਜਾਂਦੀਆਂ, ਛੋਟੀਆਂ ਬੱਚੀਆਂ ਨੂੰ ਸਾਂਭਦੀਆਂ, ਤਾਂ ਇਹਨਾਂ ਸਾਰਿਆਂ ਨੂੰ ਸਾਂਭਣ ਦੇ ਲਈ ਇੱਕ ਜ਼ਿੰਮੇਵਾਰੀ ਮੈਂ ਪਹਿਲਾਂ ਹੀ ਗੱਲ ਕਰਕੇ ਹਟਿਆ ਸੀ ਮਾਤਾ ਪ੍ਰਕਾਸ਼ ਕੌਰ ਦੀ ਹੈ। ਫਿਰ ਜਦੋਂ ਸਿੱਖਿਆ ਦੀ ਗੱਲ ਆਉਂਦੀ ਹੈ ਯੂਨੀਕ ਹੋਮ ਨੂੰ ਲੈ ਕੇ, ਤਾਂ ਬੱਚੀਆਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਪੜ੍ਹਨ ਜਾਂਦੀਆਂ ਨੇ, ਉਹਨਾਂ ਨੂੰ ਭੇਜਿਆ ਜਾਂਦਾ। ਇੱਥੇ ਦਾ ਜਿਹੜਾ ਸਿਸਟਮ ਸੀ ਇਹ ਇੱਦਾਂ ਦਾ ਬਣਾ ਦਿੱਤਾ ਗਿਆ ਕਿ ਕੋਈ ਵੀ ਇੱਥੇ ਬੱਚੀ ਆਵੇ
ਉਹਨੂੰ ਇਹ ਨਾ ਮਹਿਸੂਸ ਹੋਵੇ ਕਿ ਮੈਨੂੰ ਸਿੱਖਿਆ ਪਿੱਛੋਂ ਕਮੀ ਰਹਿ ਗਈ ਆ। ਅੱਜ ਬੱਚੇ ਵਿਦੇਸ਼ਾਂ ਵਿੱਚ ਵੀ ਜਾ ਰਹੇ ਆ। ਸ਼ੀਬਾ ਨਾਮ ਦੀ ਇੱਕ ਇੱਥੇ ਬੇਟੀ ਹੈ ਜਿਹਨੇ ਪੜ੍ਹਾਈ ਪ੍ਰਾਪਤ ਕੀਤੀ ਹੈ, ਵਿਸ਼ਵ ਦੇ ਕਈ ਪ੍ਰਸਿੱਧ ਯੂਨੀਵਰਸਿਟੀਆਂ ਦੇ ਵਿੱਚ ਵੀ ਜਾਣ ਦਾ ਉਹਨਾਂ ਨੂੰ ਮੌਕਾ ਮਿਲਿਆ। ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿਉਂਕਿ ਯੂਨੀਕ ਹੋਮ ਦੀ ਇਹ ਸਫਲਤਾ ਹੈ ਜਿਹਦੇ ਪਿੱਛੇ ਪਿੱਛੇ ਕੁਛ ਕੁ ਉਹ ਲੋਕ ਉਹ ਸ਼ਖਸੀਅਤਾਂ ਕੰਮ ਕਰਦੀਆਂ ਨੇ ਜੋ ਹਮੇਸ਼ਾ ਕਹਿੰਦੀਆਂ ਕਿ ਇਹਨਾਂ ਦਾ ਪਰਿਵਾਰ ਵੱਡਾ ਹੁੰਦਾ ਰਹੇ, ਕਿਉਂਕਿ ਗਲੀਆਂ ਦੇ ਵਿੱਚ ਨਾਲੀਆਂ ਦੇ ਵਿੱਚ ਰੋਲਣ ਦੇ ਲਈ ਨਹੀਂ ਆਹ ਜਗ੍ਹਾ ਆ, ਇੱਥੇ ਪਾਲਿਆ ਜਾਂਦਾ। ਅਸੀਂ ਆਖਿਰ ਵਿੱਚ ਵੀ ਗੱਲਬਾਤ ਕਰਾਂਗੇ, ਪਰ ਸ਼ੀਬਾ ਉਹਨਾਂ ਦਾ ਸਵਾਗਤ ਕਰਦੇ, ਇਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਬਹੁਤ ਬਹੁਤ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ ਜੀ। ਅੱਛਾ ਸ਼ੀਬਾ, ਛੋਟੇ ਹੁੰਦੇ ਪੜ੍ਹਾਈ ਜ਼ਰੂਰੀ ਹੈ, ਬਹੁਤ ਸਾਰੀਆਂ ਗੱਲਾਂ ਚੱਲਦੇ ਚੱਲਦੇ ਆਪਾਂ ਕਰੀ ਜਾਣੀਆਂ। ਜਦੋਂ ਪੜ੍ਹਾਈ ਦੀ ਗੱਲ ਆਉਂਦੀ ਆ, ਨਰਸਰੀ ਤੋਂ ਲੈ ਕੇ ਪੰਜਵੀਂ ਤੱਕ, ਫਿਰ ਮਸੂਰੀ 'ਚ, ਫਿਰ ਕੈਨੇਡਾ 'ਚ, ਫਿਰ ਵਿੱਚ ਇੰਗਲੈਂਡ 'ਚ, ਵਧੀਆ ਵਧੀਆ ਥਾਵਾਂ 'ਤੇ ਪੜ੍ਹਨ ਦਾ ਮੌਕਾ ਮਿਲਿਆ, ਕਿਵੇਂ ਮਹਿਸੂਸ ਹੁੰਦਾ ਇੱਥੋਂ ਜਾਣਾ? ਪਹਿਲੀ ਗੱਲ ਤਾਂ ਮੈਂ ਕਹੂੰਗੀ ਕਿ ਜਦੋਂ ਮੈਂ ਨਿਊਲੀ ਬੋਰਨ ਸੀਗੀ, ਮੈਨੂੰ ਨਹੀਂ ਪਤਾ ਕਿ ਮੇਰੀ ਮਾਂ ਕੌਣ ਆ ਅਤੇ ਮੇਰਾ ਪਿਓ ਕੌਣ ਆ, ਰਾਈਟ? ਐਂਡ ਲਾਈਕ ਮੈਨੂੰ ਉਹਨਾਂ ਨੇ ਡਸਟਬਿਨ 'ਚ ਸੁੱਟਿਆ ਸੀਗਾ, ਅਤੇ ਡਸਟਬਿਨ 'ਚ ਜਦੋਂ ਮੈਨੂੰ ਸੁੱਟਿਆ ਸੀਗਾ, ਜਿਹੜੇ ਕੁੱਤੇ ਉਹਨਾਂ ਨੇ ਮੈਨੂੰ ਖਾਧਾ ਹੋਇਆ ਸੀਗਾ, ਅਤੇ ਪੁਲਿਸ ਵਾਸ ਜਸਟ ਪਾਸਿੰਗ ਬਾਏ, ਉਹਨਾਂ ਨੇ ਦੇਖਿਆ ਕਿ ਕੋਈ ਬੱਚਾ ਆਇਆ ਹੈ ਨਾ, ਰੋ ਰਿਹਾ ਆ ਡਸਟਬਿਨ ਦੇ ਵਿੱਚ। ਉਹਨਾਂ ਨੇ ਮੈਨੂੰ ਚੱਕਿਆ ਉੱਥੋਂ, ਉਹਨਾਂ ਨੂੰ ਪਤਾ ਸੀਗਾ ਕਿ ਇੱਕ ਔਰਗਨਾਈਜੇਸ਼ਨ ਹੈ ਯੂਨੀਕ ਹੋਮ ਕਰਕੇ, ਉਹ ਮੈਨੂੰ ਇੱਥੇ ਲੈ ਕੇ ਆਏ। ਮੈਂ ਬਹੁਤ ਛੋਟੀ ਸੀਗੀ ਐਂਡ ਫਿਰ ਉਹ ਯੂਨੀਕ ਹੋਮ ਲੈ ਕੇ ਆਏ, ਮੰਮਾ ਮੈਨੂੰ ਹੋਸਪਿਟਲ ਲੈ ਕੇ ਗਏ ਹੈ ਨਾ, ਅਤੇ ਪ੍ਰਕਾਸ਼ ਕੌਰ ਜੀ, ਹਾਂਜੀ। ਅਤੇ ਮੈਨੂੰ ਇੱਦਾਂ ਲੱਗਾ ਕਿ ਲਾਈਕ ਮੰਮਾ ਵਾਜ ਆਲਵੇਜ਼ ਇਨ ਫੇਵਰ ਆਫ ਐਜੂਕੇਸ਼ਨ, ਉਹਨਾਂ ਲਈ ਐਜੂਕੇਸ਼ਨ ਪਲੇਜ਼ ਅ ਵੈਰੀ ਇੰਪੋਰਟੈਂਟ ਰੋਲ। ਉਹਨਾਂ ਲਈ ਇੱਦਾਂ ਆ ਕਿ ਹਰ ਕੁੜੀ ਨੂੰ ਐਜੂਕੇਟ ਹੋਣਾ ਬਹੁਤ ਜ਼ਰੂਰੀ ਆ। ਅਤੇ ਉਹਨਾਂ ਨੇ ਮੈਨੂੰ ਫਿਰ ਵਨ ਆਫ ਦਾ ਬੈਸਟ ਸਕੂਲਸ ਇਨ ਇੰਡੀਆ, ਕੋਨਵੈਂਟ ਆਫ ਜੀਜ਼ਸ ਮੈਰੀ, ਇਟਸ ਇਨ ਮਸੂਰੀ, ਉੱਥੇ ਮੈਂ 10 ਸਾਲ ਪੜ੍ਹੀ। ਹੋਸਟਲ ਵਿੱਚ? ਹਾਂਜੀ, ਬੋਰਡਿੰਗ ਸਕੂਲ ਸੀਗਾ। ਆਉਂਦੇ ਜਾਂਦੇ ਰਹਿੰਦੇ ਸੀ ਇੱਥੇ? ਹਾਂਜੀ, ਐਕਚੁਅਲੀ 9 ਮੰਥ ਉੱਥੇ ਸੀਗੀ ਅਤੇ 3 ਮੰਥਸ ਲਾਈਕ ਨਵੰਬਰ ਟੂ ਮਾਰਚ ਮੈਂ ਇੱਥੇ ਹੁੰਦੀ ਸੀਗੀ, ਅਤੇ ਆਈ ਸਪੈਂਡ ਮਾਈ 10 ਈਅਰਸ ਓਵਰ ਦੇਅਰ। ਉਹ ਤੋਂ ਬਾਅਦ ਮੇਰਾ ਸ਼ੌਂਕ ਸੀਗਾ ਕਿ ਮੈਂ ਬਾਹਰ ਜਾਵਾਂ, ਲਾਈਕ ਮੈਨੂੰ ਇੱਦਾਂ ਲੱਗਾ ਕਿ ਮੈਂ ਬਹੁਤ ਕੁਛ ਕਰ ਸਕਦੀ ਹਾਂ ਜ਼ਿੰਦਗੀ 'ਚ। ਬਿਲਕੁਲ। ਅਤੇ ਫਿਰ ਮੈਂ ਆਪਣੀ ਮੰਮਾ ਨਾਲ ਗੱਲ ਕੀਤੀ, ਮੈਂ ਕਿਹਾ ਕਿ ਮੇਰਾ ਦਿਲ ਆ ਕਿ ਮੈਂ ਇੰਗਲੈਂਡ ਪੜ੍ਹਨਾ ਚਾਹੁੰਦੀ ਹਾਂ। ਫਿਰ ਉਹਨਾਂ ਨੇ ਬਿਲਕੁਲ ਨਾਂ ਨਹੀਂ ਕੀਤੀ, ਉਹਨਾਂ ਨੇ ਮੈਨੂੰ ਇੰਗਲੈਂਡ ਭੇਜਿਆ, ਵਨ ਆਫ ਦਾ ਬੈਸਟ ਯੂਨੀਵਰਸਿਟੀਜ਼ ਲੀਡਸ ਬੈਕਟ ਯੂਨੀਵਰਸਿਟੀ, ਮੈਂ ਉੱਥੇ ਪੜ੍ਹੀ। ਆਈ ਗੋਟ ਮਾਈ ਡਿਗਰੀ ਫਰੋਮ ਬਿਜ਼ਨਸ ਮੈਨੇਜਮੈਂਟ। ਉੱਥੋਂ ਪੜ੍ਹ ਕੇ ਮੈਂ ਫਿਰ ਵਾਪਸ ਆ ਗਈ ਆਫਟਰ 3.5 ਈਅਰਸ, ਫਿਰ ਮੇਰਾ ਦਿਲ ਕੀਤਾ ਸੀਗਾ ਕਿ ਮੈਂ ਮਾਸਟਰਸ ਕਰਾਂ ਉਸ ਫੀਲਡ ਦੇ ਵਿੱਚ, ਐਂਡ ਦੈਨ ਆਈ ਡਿਡਨਟ ਵਾਂਟ ਗੋ ਬੈਕ ਟੂ ਇੰਗਲੈਂਡ। ਮੈਨੂੰ ਸੀਗਾ ਕਿ ਕੋਈ ਹੋਰ ਕੰਟਰੀ 'ਚ ਮੈਂ ਜਾਵਾਂ। ਫਿਰ ਮੈਂ ਕੈਨੇਡਾ ਚੂਜ਼ ਕੀਤਾ ਅਤੇ ਆਈ ਵੈਂਟ ਫੋਰ ਮਾਈ ਮਾਸਟਰਸ ਇਨ ਕੈਨੇਡਾ। ਮੈਂ ਉੱਥੋਂ ਮਾਸਟਰਸ ਕੀਤੀ, ਉਸ ਤੋਂ ਬਾਅਦ ਫਿਰ ਮੈਂ ਹੁਣ PR ਹੋ ਗਈ ਹਾਂ, ਅਤੇ ਹੁਣ ਮੈਂ ਆਪਣੀ ਫੈਮਿਲੀ ਨੂੰ ਮਿਲਣ ਆਈ ਸੀ ਇੱਥੇ। ਤੇ ਕਿੱਦਾਂ ਦਾ ਮਹਿਸੂਸ ਹੁੰਦਾ ਅੱਜ ਫਿਰ ਇੱਥੇ ਪਰਿਵਾਰ ਦੇ ਵਿੱਚ? ਕਿੰਨੇ ਚਿਰ ਬਾਅਦ ਆਏ ਪਰਿਵਾਰ ਕੋਲ? ਮੈਂ ਆਈ ਹਾਂ ਐਕਚੁਅਲੀ 3.5 ਈਅਰਸ ਬਾਅਦ। ਅੱਛਾ, 3.5 ਸਾਲ ਬਾਅਦ। ਅੱਜ ਫਿਰ ਮਾਤਾ ਪ੍ਰਕਾਸ਼ ਕੌਰ ਜੀ ਵੈਸੇ ਬਹੁਤ ਬਦਲ ਗਏ, ਮੈਂ 3 ਸਾਲ ਪਹਿਲਾਂ ਤੱਕ ਹੋਇਆ ਸੀਗਾ। ਓਕੇ ਓਕੇ। ਅੱਛਾ ਫਿਰ, ਅੱਛਾ ਹੁਣ ਤੁਸੀਂ ਜਿਹੜੀ ਐਜੂਕੇਸ਼ਨ ਉੱਥੋਂ ਪ੍ਰਾਪਤ ਕੀਤੀ ਹੈ, ਹੋਰ ਵੀ ਬਹੁਤ ਸਾਰੀਆਂ ਬੱਚੀਆਂ ਹੋਣੀਆਂ ਉੱਥੇ ਪੜ੍ਹਦੀਆਂ, ਮਸੂਰੀ ਵਿੱਚ ਜਾਂ ਸੀਗੇ ਕੁਛ? ਹਾਂਜੀ, ਹੈਗੀ ਆ ਹਜੇ ਲਾਈਕ 4-5 ਕੁੜੀਆਂ ਹੋਰ ਹੈਗੀਆਂ ਜਿਹੜੀਆਂ ਪੜ੍ਹਦੀਆਂ, ਐਂਡ ਲਾਈਕ 2-3 ਹੋਰ ਜਾ ਰਹੀਆਂ ਆ ਉੱਥੇ। ਤੇ ਹੁਣ ਤੁਸੀਂ ਉੱਧਰ ਜੌਬ ਕਰਦੇ ਹੋ? ਹਾਂਜੀ, ਮੈਂ ਬੈਂਕ 'ਚ ਜੌਬ ਕਰਦੀ ਹਾਂ, TD ਬੈਂਕ 'ਚ, ਕੈਨੇਡਾ ਬੈਂਕ ਹੋਵੇ। ਤੇ ਅੱਗੇ ਕੀ ਸੋਚਿਆ ਫਿਰ? ਮੈਨੂੰ ਇੱਦਾਂ ਹੈਗਾ ਕਿ ਮੈਂ ਆਪਣੇ, ਮੈਨੂੰ ਪਤਾ ਕਿ ਮੈਂ ਆਪਣੀ ਮੰਮਾ ਵਰਗੀ ਤਾਂ ਬਣ ਤਾਂ ਨਹੀਂ ਸਕਦੀ, ਬਟ ਆਈ ਵੁੱਡ ਆਲਵੇਜ਼ ਵਾਂਟ ਕਿ ਮੈਂ ਉਹਨਾਂ ਦਾ ਪਾਥ ਫੋਲੋ ਕਰਾਂ। ਮੈਨੂੰ ਹੈਗਾ ਕਿ ਮੈਂ ਅੱਗੇ ਜਾ ਕੇ ਚੈਰਿਟੀ ਕਰਾਂ, ਲਾਈਕ ਮੈਂ ਬਹੁਤ ਕੁਛ ਕਰਨਾ ਚਾਹੁੰਦੀ ਹਾਂ ਆਪਣੀ ਫੈਮਿਲੀ ਲਈ, ਕਿਉਂਕਿ ਆਈ ਵਾਂਟ ਟੂ ਸੈਟ ਐਨ ਐਗਜ਼ਾਮਪਲ ਫੋਰ ਦੈਮ। ਬਿਲਕੁਲ, ਲਾਈਕ ਕਿਉਂਕਿ ਮੈਨੂੰ ਸਾਡੇ ਤੋਂ ਵੱਡੀ ਧਾਰਨ ਹੋ ਨਹੀਂ ਸਕਦੀ। ਹਾਂਜੀ, ਕਿਉਂਕਿ ਮੈਨੂੰ ਹੈਗਾ ਕਿ ਬਾਕੀ ਸਿਸਟਰਸ ਮੈਨੂੰ ਦੇਖਣ, ਐਂਡ ਜੇ ਮੈਂ ਕਰ ਸਕਦੀ ਹਾਂ ਤਾਂ ਕੋਈ ਵੀ ਕਰ ਸਕਦਾ ਆ। ਤੁਹਾਨੂੰ ਇੱਕ ਕੌਨਫੀਡੈਂਸ, ਹਾਰਡਵਰਕ, ਪੈਸ਼ਨ ਹੋਣਾ ਚਾਹੀਦਾ ਆ, ਅਦਰਵਾਈਜ਼ ਤੁਸੀਂ ਕੁਛ ਵੀ ਕਰ ਸਕਦੇ ਹੋ। ਅੱਛਾ, ਛੋਟੇ ਛੋਟੇ ਹਾਦਸੇ ਜ਼ਿੰਦਗੀ 'ਚ ਬਹੁਤ ਤੰਗੀਆਂ ਦਿੰਦੇ ਆ, ਪਰ ਮੈਨੂੰ ਲੱਗਦਾ ਤੁਹਾਨੂੰ ਕਦੀ ਮਹਿਸੂਸ ਨਹੀਂ ਹੋਣ ਦਿੱਤਾ ਉਹਨਾਂ ਬਾਰੇ? ਨਹੀਂ, ਬਿਲਕੁਲ ਵੀ ਨਹੀਂ, ਕਿਉਂਕਿ ਲਾਈਕ ਮੈਂ ਜਿੱਦਾਂ ਤੁਹਾਨੂੰ ਕਿਹਾ, ਮੈਂ ਇੰਨੇ ਵੱਡੇ ਸਕੂਲ ਪੜ੍ਹੀ ਹਾਂ, ਸਾਰੇ ਉੱਥੇ ਵੈੱਲ ਨੋਨ ਫੈਮਿਲੀਜ਼ ਦੇ ਬੱਚੇ ਆਉਂਦੇ ਨੇ, ਰਾਈਟ? ਫਿਰ ਇੰਗਲੈਂਡ ਵੀ ਮੇਰੀ ਮੰਮਾ ਨੇ ਮੈਨੂੰ ਕਦੀ ਇਹਦਾ ਫੀਲ ਨਹੀਂ ਕਰਨ ਦਿੱਤਾ। ਮੈਂ ਤੁਹਾਨੂੰ ਜੇ ਦੱਸਾਂਗੀ, ਮੈਂ ਮੇਰੀ ਅਕੋਮੋਡੇਸ਼ਨ, ਰਾਈਟ, ਮੈਂ ਲੀਡਸ ਬੈਕਟ ਯੂਨੀਵਰਸਿਟੀ ਪੜ੍ਹੀ ਹਾਂ 3 ਸਾਲ, ਜਿੱਥੇ ਮੈਂ ਰਹਿੰਦੀ ਸੀਗੀ ਉੱਥੇ ਕੋਈ ਵੀ ਇੰਡੀਅਨ ਨਹੀਂ ਸੀਗਾ, ਮੈਂ ਇਕੱਲੀ ਇੰਡੀਅਨ ਸੀਗੀ, ਸਾਰੇ ਉੱਥੇ ਲਾਈਕ ਅਰਬਿਕ ਜਾਂ ਚਾਈਨੀਜ਼ ਔਰ ਗੋਰੇ ਸੀਗੇ। ਅਤੇ ਮੈਨੂੰ ਸਾਰਿਆਂ ਨੇ ਪੁੱਛਣਾ ਉੱਥੇ, ਹੈ ਨਾ, ਲਾਈਕ ਵਟ ਡਸ ਯਰ ਪੇਰੈਂਟਸ ਡੂ, ਕਿ ਤੇਰੇ ਮਾਂ ਪਿਓ ਕੀ ਕਰਦੇ ਨੇ ਕਿ ਤੂੰ ਇੰਨੇ ਲਾਈਕ ਪੋਸ਼ ਏਰੀਆ 'ਚ ਰਹਿੰਦੀ ਹੈ, ਰਾਈਟ? ਮੈਨੂੰ ਕਦੀ ਨਹੀਂ, ਕਦੀ ਵੀ ਮੈਨੂੰ ਇੱਦਾਂ ਫੀਲ ਹੁੰਦਾ ਕਿ ਜੀ ਮੈਂ ਆਪਣੇ ਸਕੇ ਮਾਂ ਪਿਓ ਕਿਉਂ ਹੁੰਦੀ, ਇੱਦਾਂ ਲੱਗਦਾ ਕਿ ਸ਼ਾਇਦ ਮੈਂ ਨੌਕਰ ਜਾਂ ਲਾਈਕ, ਹਾਂ, ਕਿਉਂਕਿ ਆਪਣੀ ਸਕੀ ਮਾਂ ਵੀ ਨਾ ਤੁਹਾਨੂੰ ਦੋ ਕੰਟਰੀਜ਼ 'ਚ ਨਹੀਂ ਪੜ੍ਹਾਉਂਦੀ, ਨਹੀਂ ਤਾਂ ਤੁਹਾਨੂੰ ਪਤਾ ਹੈ ਬਰਾਊਨ ਪੇਰੈਂਟਸ ਆ ਕਹਿੰਦੇ ਆ ਕਿ ਚਲੋ ਕੋਈ ਨਹੀਂ ਤੂੰ ਇੱਕ ਕੰਟਰੀ ਪੜ੍ਹ ਰਹੀ ਹੈ, ਹੁਣ ਤੇਰਾ ਵਿਆਹ ਕਰ ਦਿੰਦੇ ਆ। ਬਟ ਮੈਂ ਬਹੁਤ ਲੱਕੀ ਹਾਂ ਕਿ ਮੈਨੂੰ ਇੰਨੇ ਵੱਡੇ ਸਕੂਲ ਤੋਂ ਪੜ੍ਹਾਇਆ, ਫਿਰ ਮੈਂ ਕੈਨੇਡਾ ਗਈ, ਫਿਰ ਮੈਂ ਇੰਗਲੈਂਡ ਗਈ, ਹੈ ਨਾ,
अगे जा के भी लाइक मम्मा कोई रोक टोक नहीं करते, लाइक मेरी विश है मैं जो मर्जी कर सकती हाँ। सो मैंने बहुत अपने आप में बहुत ज़्यादा लक्की फील करती हाँ, लाइक आई फील की लाइक आई एम रियली वेरी लक्की फ्रॉम अदर पीपल। अच्छा शिवा तुम विदेश तो आए, 3 महीने तो बाद दा, 4 महीने तो बाद दा समा हो गया थे। हाँ जी। पर जान नू जी भी नहीं करदा हुणा। नहीं बिल्कुल। इत्थे जदो तुसी रहने आ, इत्थे जिहड़ियां बेटियां रह रहीयां, इत्थे कुड़ियां रह रहीयां, छोटे बच्चियां रह रहीयां, ते फिर किद्दां दा महसूस हुंदा उहनां दे नाल रह के, क्योंकि तुसी वी इहनां दे विचों उत्थे गए हो। हाँ जी। ਮੈਨੂੰ ਤਾਂ ਐਕਚੁਅਲੀ ਲਾਈਕ ਮੈਂ ਜਦੋਂ ਆਉਣਾ ਸੀਗਾ ਮੈਂ ਬਹੁਤ ਐਕਸਾਈਟਿਡ ਸੀਗੀ ਕਿ ਮੈਂ 4 ਸਾਲ ਨਹੀਂ, ਬਿਲਕੁਲ ਦੇਰ ਨਹੀਂ ਕਰਦਾ। ਮੈਂ ਐਕਚੁਅਲੀ ਚਲੇ ਜਾਣਾ ਸੀਗਾ ਮਾਰਚ ਵਿੱਚ, ਮੈਂ ਆਪਣੀ ਟਿਕਟ ਐਕਸਟੈਂਡ ਕਰਾਈ ਆ, ਸੋ ਮੈਂ ਹੁਣ ਲਾਈਕ ਕੱਲ੍ਹ ਨੂੰ ਜਾ ਰਹੀ ਹਾਂ ਵਾਪਸ। ਬਟ ਮੈਨੂੰ ਬਹੁਤ ਵਧੀਆ ਲੱਗਦਾ ਕਿਉਂਕਿ ਮੈਂ ਜਿਸ ਦਿਨ ਪਹਿਲੇ ਦਿਨ ਆਈ ਸਾਰੇ ਬੱਚੇ ਉਹਨਾਂ ਨੇ ਲਾਈਕ ਹੱਗ ਕਰਕੇ ਮਿਲੇ, ਐਂਡ ਆਪਣੀ ਮੰਮਾ ਨੂੰ ਤਾਂ ਵੀਡੀਓ ਕਾਲ ਰੋਜ਼ ਹੀ ਕਰਦੀ ਹਾਂ, ਬਟ ਜਿਹੜਾ ਸਕੂਨ ਮੈਂ ਇੱਥੇ ਆ ਕੇ ਮੈਨੂੰ ਮਿਲਿਆ ਹੈ ਨਾ, ਮੈਂ ਉਹਨਾਂ ਨੂੰ ਹੱਗ ਕੀਤਾ, ਉਹਨਾਂ ਦੇ ਗੋਦੀ 'ਚ ਆਪਣਾ ਸਿਰ ਰੱਖਿਆ, ਉਹ ਸਕੂਨ ਲਾਈਕ ਮੈਂ ਉੱਥੇ ਲੱਭਦੀ ਸੀਗੀ। ਅਤੇ ਸਾਰੇ ਬੱਚੇ ਮੇਰੇ ਕੋਲ ਆਏ, ਮੈਨੂੰ ਪੁੱਛਦੇ ਕਿ ਸ਼ਿਬਾ ਦੀ ਲਾਈਕ ਡੂ ਯੂ ਰਿਮੈਂਬਰ ਅਵਰ ਨੇਮ, ਉਹਨਾਂ ਲੱਗਦਾ ਮੈਂ ਉੱਥੇ ਜਾ ਕੇ ਭੁੱਲ ਗਈ ਹਾਂ। ਅਤੇ ਮੈਨੂੰ ਇੱਕ ਇੱਕ ਬੱਚਾ ਆ ਕੇ ਕਹਿੰਦਾ ਕਿ ਮੇਰਾ ਨਾਮ ਦੱਸੋ, ਮੇਰਾ ਨਾਮ ਦੱਸੋ, ਮੇਰਾ ਨਾਮ ਦੱਸੋ ਕੀ ਆ। ਬੱਚਿਆਂ ਨੂੰ ਇੱਥੇ ਹੋਣਾ ਜਦੋਂ ਤੁਸੀਂ ਉਹਨਾਂ ਨਾਲ ਰਹਿੰਦੇ ਸੀਗੇ ਇੱਥੇ, ਜਦੋਂ ਮੈਂ ਪਹਿਲੇ ਦਿਨ ਆਈ, ਅਤੇ ਉਹਨਾਂ ਨੂੰ ਲੱਗਾ ਕਿ ਸਾਨੂੰ ਲਾਈਕ ਯਾਦ ਨਹੀਂ, ਮੈਂ ਕਿਹਾ ਨਹੀਂ, ਮੈਂ ਕਿਹਾ ਮੈਂ ਆਪਣੇ ਰੂਟਸ ਕਲਚਰ ਕਦੀ ਵੀ ਨਹੀਂ ਭੁੱਲਾਂਗੀ ਹੈ ਨਾ, ਜਿੱਥੋਂ ਮੈਂ ਗਈ ਹਾਂ ਉਹ ਤਾਂ ਨੈਵਰ। ਅਤੇ ਫਿਰ ਯਾਰ ਮੈਨੂੰ ਬਹੁਤ ਵਧੀਆ ਲੱਗਦਾ ਹੈ ਕਿ ਮੈਂ ਉਹਨਾਂ ਦੇ ਨਾਲ ਟਾਈਮ ਸਪੈਂਡ ਕੀਤਾ 6 ਮਹੀਨੇ ਹੈ ਨਾ। ਮੈਂ ਸਕੂਲ ਵੀ ਛੱਡਣ ਗਈ, ਉਹਨਾਂ ਦੇ ਪੇਰੈਂਟਸ ਟੀਚਰਸ ਮੀਟਿੰਗਸ ਵੀ ਅਟੈਂਡ ਕੀਤੀਆਂ, ਉਹ ਬਹੁਤ ਪ੍ਰਾਊਡਲੀ ਕਹਿੰਦੇ ਨੇ ਸਾਰੇ ਬੱਚੇ ਆਪਣੇ ਸਕੂਲ 'ਚ ਕਿ ਸਾਡੀ ਸਿਸਟਰ ਬਾਹਰੋਂ ਆਈ ਆ, ਐਂਡ ਯਾ ਦੇ ਲੁੱਕ ਲਾਈਕ ਆਈ ਜਸਟ ਵਾਂਟ ਸਮ ਐਗਜ਼ਾਮਪਲ ਫੋਰ ਦੈਮ। ਇੱਕ ਚੀਜ਼ ਹੋਰ ਦੱਸੋ, ਯੂਨੀਕ ਹੋਮ ਦੀ ਗੱਲ ਵਿਸ਼ਵ 'ਚ ਵੀ ਚੱਲਦੀ ਹੋਣੀ ਆ, ਜਿੱਥੇ ਤੁਸੀਂ ਰਹਿੰਦੇ ਉੱਥੇ ਵੀ ਗੱਲ ਚੱਲਦੀ ਹੋਣੀ, ਕਦੀ ਨਾ ਕਦੇ ਤਾਂ ਪੁੱਛਦੇ ਹੋਣੇ ਸਾਰਾ ਕੁਝ। ਹਾਂਜੀ ਹਾਂਜੀ। ਤੇ ਫਿਰ ਤੁਸੀਂ ਕਿਸ ਹਿਸਾਬ ਦੇ ਨਾਲ ਯੂਨੀਕ ਹੋਮ ਨੂੰ ਉੱਧਰ ਦੱਸਦੇ ਆ ਜਾਂ ਕੀ ਕਹਿੰਦੇ ਹੁੰਦੇ ਯੂਨੀਕ ਹੋਮ ਦੇ ਬਾਰੇ? ਮੈਂ ਤਾਂ ਬਹੁਤ ਪ੍ਰਾਊਡਲੀ ਕਹਿੰਦੀ ਹਾਂ ਕਿ ਯਾ ਆਈ ਐਮ ਫਰੋਮ ਯੂਨੀਕ ਹੋਮ, ਕਿਉਂਕਿ ਇਹਦੇ 'ਚ ਕੋਈ ਲੁਕਾਉਣ। ਅੱਛਾ ਇੱਕ ਚੀਜ਼ ਮੈਂ ਟੋਕਣੀ ਹੈ, ਇੱਥੇ ਲੋਕ ਪੁੱਛਦੇ ਹੋਣੇ ਫਿਰ ਯੂਨੀਕ ਹੋਮ ਕੀ ਆ ਇਹ? ਪੁੱਛਦੇ ਹੋਣੇ ਕੁਛ ਤਾਂ ਕੀ ਕਹਿੰਦੇ ਹੁੰਦੇ ਆ? ਮੈਂ ਫਿਰ ਇਹੀ ਉਹਨਾਂ ਨੂੰ ਐਗਜ਼ਾਮ ਦੱਸਦੀ ਹੁੰਦੀ ਹਾਂ ਕਿ ਲਾਈਕ ਇਟਸ ਐਨ ਔਰਫਨੇਜ ਰਾਈਟ, ਪਹਿਲੀ ਗੱਲ ਤਾਂ ਔਰਫਨੇਜ ਹੋਣੀ ਨਹੀਂ ਚਾਹੀਦੀ, ਮੇਰੀ ਮੰਮਾ ਨੇ ਵੀ ਪਹਿਲਾਂ ਕਿਹਾ ਹੈ ਕਿ ਇਹ ਤਾਂ ਬੰਦ ਹੋਣੇ ਚਾਹੀਦੇ ਆ। ਬਟ ਯੂਨੀਕ ਹੋਮ ਤੁਸੀਂ ਇੱਥੋਂ ਹੀ ਯੂ ਕੈਨ ਮੇਕ ਆਊਟ ਇਟਸ ਵੈਰੀ ਯੂਨੀਕ, ਇਟਸ ਅ ਯੂਨੀਕ ਪਲੇਸ। ਤੁਸੀਂ ਬਾਕੀ ਔਰਗਨਾਈਜੇਸ਼ਨ 'ਚ ਜਾਓਗੇ ਤੁਹਾਨੂੰ ਬਹੁਤ ਡਿਫਰੈਂਸ ਪਤਾ ਲੱਗੂਗਾ ਰਾਈਟ। ਇੱਥੇ ਹਰ ਚੀਜ਼ ਦਿੱਤੀ ਜਾਂਦੀ ਬੱਚਿਆਂ ਨੂੰ, ਹਰ ਚੀਜ਼ ਲਾਈਕ ਮੇਰੀ ਸਿਸਟਰਸ ਮੈਰਿਜ, ਉਹਨਾਂ ਦੀ ਮੈਰਿਜ ਵੀ ਹੋਈ ਆ, ਦੇ ਗੋਟ ਮੈਰਿਡ ਟੂ ਲਾਈਕ ਵੈਰੀ ਗੁੱਡ ਫੈਮਲੀਜ਼, ਲਾਈਕ ਬਹੁਤ। ਹਾਂਜੀ, ਲਾਈਕ ਮੋਰ ਦੈਨ 50 ਆਫ ਮਾਈ ਸਿਸਟਰਸ ਦੇ ਗੋਟ ਮੈਰਿਡ। ਅਤੇ ਇੱਥੇ ਤਾਂ ਨੋਰਮਲ ਫੈਮਲੀਜ਼ ਨਾਲੋਂ ਵੀ ਜ਼ਿਆਦਾ ਬਹੁਤ ਚੰਗਾ ਫੈਸਿਲਿਟੀ ਸਾਰਿਆਂ ਨੂੰ ਦਿੱਤੀਆਂ ਜਾਂਦੀਆਂ ਨੇ, ਲਾਈਕ ਇਟਸ ਰੀਅਲੀ ਵੈਰੀ ਗੁੱਡ। ਅਤੇ ਮੈਂ ਤਾਂ ਇਹੀ ਉਹਨਾਂ ਨੂੰ ਕਹਿੰਦੀ ਹਾਂ ਪ੍ਰਾਊਡਲੀ ਕਿ ਆਈ ਐਮ ਫਰੋਮ ਯੂਨੀਕ ਹੋਮ, ਹੈ ਨਾ। ਮੈਂ ਪ੍ਰਾਊਡਲੀ ਆਪਣੀ ਮੰਮਾ ਬਾਰੇ ਵੀ ਦੱਸਦੀ ਹੁੰਦੀ ਹਾਂ, ਕਿਉਂਕਿ ਮੈਨੂੰ ਲੱਗਦਾ ਕਿ ਮੇਰੀ ਮਾਂ ਵਰਗਾ ਕੋਈ ਇੱਥੇ ਹੈ ਨਹੀਂ, ਲਾਈਕ ਰੱਬ ਨੇ ਟਾਈਮ ਕੱਢ ਕੇ ਬਣਾਇਆ ਆ, ਲਾਈਕ ਸ਼ੀ ਇਜ਼ ਲਾਈਕ ਅ ਡਿਫਰੈਂਟ ਪਰਸਨ। ਮੇਰੀ ਮਾਂ ਲਾਈਕ ਉਹ ਸਾਡੇ ਲਈ ਮਾਂ ਵੀ ਆ, ਪਿਓ ਵੀ ਆ, ਫਰੈਂਡ ਵੀ ਆ, ਸਾਰਾ ਕੁਛ ਆ। ਹਾਂ, ਪਰ ਤੁਹਾਡੀ ਮਾਂ ਨੇ ਇੱਕ ਸ਼ਿਕਾਇਤ ਵੀ ਕੀਤੀ ਪਤਾ, ਉਹ ਕਹਿੰਦੇ ਆਈ ਆ ਪਤਲੀ ਹੋ ਗਈ ਆ, ਇਹ ਰੋਟੀ ਘੱਟ ਖਾਂਦੀ, ਜਿਮ ਜ਼ਿਆਦਾ ਜਾਂਦੀ। ਨਹੀਂ ਨਹੀਂ, ਉਹਨਾਂ ਨੂੰ ਲੱਗਦਾ ਹੈ ਕਿ ਪਤਲਾ ਇਜ਼ ਲਾਈਕ, ਉਹਨਾਂ ਚਾਹੁੰਦੇ ਰੱਜ ਕੇ ਖਾਣਾ ਚਾਹੀਦਾ। ਨਹੀਂ, ਮੈਂ ਖਾਂਦੀ ਤਾਂ ਹੈਗੀ ਆ, ਅਤੇ ਮੇਰੇ ਲਈ ਤਾਂ ਸਾਰਾ ਕੁਛ ਹੀ ਆ, ਹੈ ਨਾ। ਲਾਈਕ ਮੈਂ ਇੱਦਾਂ ਦੀ ਸੋਲ ਨਹੀਂ ਦੇਖੀ ਆਪਣੀ ਲਾਈਫ 'ਚ। ਤੁਸੀਂ ਦੇਖਿਆ ਹੀ ਹੈ ਕਿ ਕਿਤੇ ਨਾ ਕਿਤੇ ਬੰਦਾ ਸੈਲਫਿਸ਼ ਹੋ ਹੀ ਜਾਂਦਾ ਆ, ਬਟ ਇੱਦਾਂ ਦੀ ਸੋਲ ਆ, ਉਹਨੂੰ ਕੋਈ ਸ਼ੌਂਕ ਹੀ ਨਹੀਂ ਹੈਗਾ, ਬਿਲਕੁਲ ਵੀ ਨਹੀਂ। ਆਈ ਡੂ ਰਿਮੈਂਬਰ ਜਦੋਂ ਟਰੂਡੋ ਨੇ ਅਵਾਰਡ ਦੇਣਾ ਸੀ, ਮੰਮਾ ਨੂੰ ਮਿਲਣਾ ਸੀਗਾ, ਅਤੇ ਅਸੀਂ ਸਾਰੇ ਬੱਚੇ ਕਹਿਣ ਲੱਗ ਪਏ ਕਿ ਮੰਮਾ ਤੁਸੀਂ ਪ੍ਰਾਈਮ ਮਿਨਿਸਟਰ ਨੂੰ ਮਿਲਣਾ ਆ, ਥੋੜ੍ਹਾ ਸੱਜ ਸੁੱਜ ਕੇ ਹੁੰਦਾ ਆ ਬੰਦੇ ਨੂੰ, ਹੈ ਨਾ, ਕਿ ਲਾਈਕ ਅਸੀਂ ਮਿਨਿਸਟਰ ਨੂੰ ਮਿਲਣਾ ਆ। ਉਹੀ ਟੁੱਟੀ ਜਿਹੀ ਚੱਪਲ ਪਾ ਕੇ, ਉਹੀ ਸਿੰਪਲ ਜਿਹਾ ਸੂਟ ਪਾ ਕੇ ਚੱਲੇ, ਉਹਨਾਂ ਦੀ ਪਛਾਣ ਹੈ। ਹਾਂਜੀ, ਉਹ ਕਹਿੰਦੇ ਨਹੀਂ, ਜੋ ਮੈਂ ਪਿੱਛੇ ਹਾਂ ਉਹੀ ਮੈਂ ਅੱਗੇ ਹਾਂ, ਰਾਈਟ। ਸੋ ਲਾਈਕ ਯਾ, ਉਹਨਾਂ ਦੀ ਸੇਵਾ ਸਿਮਰਨ ਸਭ ਕੁਛ ਹੀ ਹੈਗਾ ਆ, ਕਿਉਂਕਿ ਮਾਤਾ ਜੀ ਦੀ ਇੱਕ ਗੱਲ ਹਮੇਸ਼ਾ ਉਹ ਪਹਿਰਾਵਾ ਬਦਲ ਕੇ ਪਛਾਣ ਨਹੀਂ ਆਪਣੀ ਬਦਲਣਾ ਚਾਹੁੰਦੇ। ਉਹਨਾਂ ਨੂੰ ਇਹੀ ਆ ਕਿ ਜੋ ਜਿੱਦਾਂ ਭਾਈ ਕਨਈਆ ਜੀ ਕਰਦੇ ਸੀਗੇ, ਉਦਾਂ ਹੀ ਚਲੋ ਮਾਤਾ ਜੀ ਨੇ ਆਪਣੇ ਤਰੀਕੇ ਨਾਲ ਕੰਮ ਕੀਤਾ, ਉਹ ਉਹਨਾਂ ਨੂੰ ਲੱਗਦਾ ਹੁੰਦਾ ਸੀ। ਬਹੁਤ ਵਾਰੀ ਗੱਲ ਕੀਤੀ ਕਿ ਮਾਤਾ ਤੁਸੀਂ ਚਪਲਾਂ ਵਿੱਚ ਹੀ ਹੋ, ਨਹੀਂ ਮੈਨੂੰ ਨਹੀਂ ਇਸ ਚੀਜ਼ ਨਾਲ ਕਹਿੰਦੇ, ਮੈਂ ਕੰਮ ਕਰਦੀ ਬਸ ਇਸ ਚੀਜ਼ ਨਾਲ ਮਤਲਬ। ਹਾਂਜੀ, ਅਤੇ ਮੈਂ ਆਈ ਰਿਮੈਂਬਰ ਜਦੋਂ ਮੈਂ ਕੈਨੇਡਾ ਵੀ ਸੀਗੀ, ਅਤੇ ਐਟ ਮਾਈ ਵਰਕ ਪਲੇਸ, ਹੈ ਨਾ, ਮੈਨੂੰ ਕਿਸੇ ਨੇ ਜਿੱਦਾਂ ਕਿਹਾ ਕਿ ਅਸੀਂ ਮੂਵੀ ਵਗੈਰਾ ਸ਼ੂਟ ਕਰ ਰਹੇ ਹਾਂ, ਅਤੇ ਅਸੀਂ ਲੋਕਲ ਕੁੜੀਆਂ ਦੇਖ ਰਹੇ ਹਾਂ, ਅਤੇ ਇਫ ਯੂ ਵੁੱਡ ਪ੍ਰੈਫਰ ਟੂ ਕਮ, ਹੈ ਨਾ। ਮੈਂ ਕਿਹਾ ਨਹੀਂ, ਫਿਰ ਮੈਂ ਉਹਨਾਂ ਨੂੰ ਇਹੀ ਕਿਹਾ, ਉਹ ਸਿੰਗਰ ਸੀਗੇ, ਮੈਂ ਕਿਹਾ ਕਿ ਮੈਨੂੰ ਕੋਈ ਹੈਲਪ ਦੀ ਲੋੜ ਨਹੀਂ ਹੈਗੀ ਇੱਥੇ। ਮੈਂ ਕਿਹਾ ਜੇ ਹੈਲਪ ਸੱਚੀ ਚਾਹੀਦੀ ਹੈ ਤੁਹਾਨੂੰ, ਮੈਂ ਯੂਨੀਕ ਹੋਮ ਬਾਰੇ ਦੱਸਿਆ, ਮੈਂ ਕਿਹਾ ਉੱਥੇ ਤੁਸੀਂ ਜਾਓ, ਉੱਥੇ ਮੇਰੀ ਭੈਣ ਆ, ਉਹਨਾਂ ਦੀ ਜਾ ਕੇ ਹੈਲਪ ਕਰੋ, ਹੈ ਨਾ, ਲਾਈਕ ਮੈਂ ਯਾ। ਸੋ ਆਈ ਮੇਕ ਐਵਰੀ ਵਨ ਅਵੇਅਰ ਕਿ ਯੂਨੀਕ ਹੋਮ ਹੈਗਾ ਆ ਜਲੰਧਰ 'ਚ, ਸੋ ਯੂ ਸ਼ੁੱਡ ਗੋ, ਕਿਉਂਕਿ ਇੱਕ ਹੁੰਦਾ ਨਾ ਕਹਿਣਾ ਅਤੇ ਦੇਖਣਾ, ਬਹੁਤ ਫਰਕ ਆ। ਬਹੁਤ ਸਾਰੇ ਲੋਕ ਇਸ ਵੇਲੇ ਦੇਖ ਰਹੇ ਆ ਸਾਨੂੰ, ਬਹੁਤ ਸਾਰਿਆਂ ਨੇ ਦੇਖਣਾ, ਹਾਂਜੀ, ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਆ? ਮੈਂ ਤਾਂ ਬਸ ਇਹੀ ਕਹੂੰਗੀ ਕਿ ਲਾਈਕ ਪਹਿਲੀ ਗੱਲ ਤਾਂ ਔਰਫਨੇਜ ਹੋਣੇ ਨਹੀਂ ਚਾਹੀਦੇ, ਦੂਸਰੀ ਗੱਲ ਇਹ ਆ ਕਿ ਸਾਡੀ ਇੰਡੀਅਨ ਸੋਸਾਇਟੀ ਨੂੰ
कि कुड़ियां नू ना सुट्टो क्योंकि सारे नू लगदा कि मुंडे बहुत अगे जा रहे ने, बट गलत गल आ मैं की सीगी कित्थों नू डस्टबिन तो चक्या ते हुण मैं थोड़े सामने की आ राइट ते इन्ना पढ़ी लिखी हुई है सारा कुछ जे मैं कर सकती हाँ तो कोई भी कुड़ी दुनिया च कर सकती है। थोनू बस एक हार्डवर्क पैशन पहले भी क्या कॉन्फिडेंस होना चाहिए आ अदरवाइज जे थोन लगता है कि असी बच्चे नहीं पाल सकते है ना जो होंगे फैमिलीज या प्रॉब्लम्स तो यूनिक होम इज़ ऑलवेज उन्होंने डोर हमेशा खुले ने। मेरी मम्मा हमेशा लाइक उन्होंने सेवा करूँगी सो या बट मैं ही लाइक मेरा यही मैसेज है कि कुड़ियों को ना मारो बहुत लाइक इट्स नॉट गुड फॉर आर सोसाइटी अपनी थिंकिंग चेंज करो क्योंकि कुड़ियाँ बहुत कुछ कर सकदियां करदियां भी हैगियां या उदाहरण है बहुत सारे दर्शक साडे इस वेले देख रहे ने। शीबा ने सारियां गल्लां अपनी जवानी दसियां जेकर अज इत्थे ना आए हुंदे तां इन्हां दे सुपने शायद पूरे नहीं हो सकने सी। अज कनेडा दे विच शीबा पी आर है जॉब कर रहे ने एक बैंक दे विच ये तो खुशी की गल की हो सकती है जिस बच्चे नू कुछ भी नहीं पता पर आज सारा कुछ सीखने का मौका मिलया पढ़न का मौका मिलया। शिवा वर्गियां होर भी बहुत सारिया बेटियां इत्थे इस यूनीक होम दे विच ने उन्होंने भी सुपने है उन्होंने सुपनों के पिछे माता प्रकाश कौर जी है उन्होंने पिछे बहुत सारे लोगों की सोच है पर सोच तो मैंने एक छोटी जी गल याद आती है बहुत सारे लोग ने इस दुनिया से जिन्होंने अपनी सोच बदलन की जरूरत है किसी वेले एक परिवार में तीन तीन चार चार धियां भी हो जाएं तो परिवार के रिश्ते बिगड़ने शुरू हो जाते हैं वो इस करके कि पुत की उम्मीद है क्योंकि माता प्रकाश कौर जी ने एक बहुत सारी गल कही है साडे लोगों के अजे कितने ना कितने एक दिमाग के पक्ष हैगा हाय मुंडा तो हाय मुंडा सानू चीज़ों छड़ना पैना सानू चीज़ों भुलना पैना क्योंकि अज धियाँ किसी भी काम के घट नहीं चाहे स्पेस की गल कर लो चाहे विदेश की गल कर लो उदाहरण तुहाडे सामने बैठिया ने असी गल की है इत्थे होर भी बहुत सारिया बेटिया ने सो सानू अपनी सोच में बदलने की जरूरत है। एक अपील प्राइम एशिया टीवी वालों भी थोनू सारे नू है जलंधर के आले दुआले के इलाके मैं कहूँगा पंजाब दे विच मैं कहूँगा भारत विच मैं कहूँगा विश्व दे विच जिथे भी थानू लगता है भाई धियां नू मारो ना डस्टबिन दे विच ना सुट्टो क्योंकि ये बहुत औखा अपने वालों तो वो लोग सिट जाते हैं बच्चों नू पर कोई कुत्ते खांदे है इदां नहीं होना चाहिए बच्चों नू यूनीक होम में छड़ जाओ जेकर तुहानू लगता पालन पोषण नहीं कर सकते जलंधर में यूनीक होम बनया माता प्रकाश कौर जी उन्होंने अपना नंबर दस्या संपर्क करो पुलिस मुलाजम गल करते हैं छड़ जाते हैं क्योंकि उन्होंने पता है कि बच्चिया का यही घर है यही जन्म है इतने ही ना जन्म होंगे। सो उम्मीद करते हैं तुहानू ये प्रोग्राम जरूर पसंद आया होना साडी कोशिश सी अज कि विदेशों के जो बच्चे पढ़न जाते हैं असी उन्होंने उचेचे तौर पर गल करिए क्योंकि शहर दिया बहुत सारे लोगों शायद ये गल्लां ना पता हो तो यूनीक होम दिया ये सारे लोगों को पता होनी चाहिए गल्लां। मैं एक गल होर हमेशा कहना हुंदा पंजाब दे विच बहुत सारे धार्मिक स्थान है विश्व दे विच बहुत सारे है तुहाडी आस्था जिहड़े मर्जी धार्मिक स्थान पर जाओ मैं कभी रोकदा नहीं ना कहना पर एक बार यूनीक होम दे विच आके भी जरूर देखना चाहिए इत्थे भी देखना चाहिए लोग किवें सेवा करते हैं। उम्मीद करते हैं अज का एक खास प्रोग्राम तुहानू जरूर पसंद आया होना। मैनू नवजीत तों दिओ इजाजत देखते रहो प्राइम एशिया टीवी तुहाडा अपना तुहाडे लई।